ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਉਮੀਦ ਕਰਦੀ ਸਾਰੇ ਜਣੇ ਬੜੇ ਵਧੀਆ ਹੋਗੇ। ਆਪਾਂ ਆ ਜਾਣਾ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਵਾਸਤੇ, ਅਤੇ ਆਪਾਂ ਫਲਿੱਪਕਾਰਟ ਹੌਲ ਜਿਹੜਾ ਹੋਰ ਲੈ ਕੇ ਆ ਗਏ ਤੁਹਾਡੇ ਵਾਸਤੇ। ਅਤੇ ਇਹ ਜਿਹੜੇ ਮੈਂ ਮੰਗਵਾਏ ਆ ਬੋਕਸ, ਮੇਕਅਪ ਬੋਕਸ, ਜਿਹੜੇ ਕਿ ਬੜੇ ਵਧੀਆ ਰੇਟ 'ਤੇ ਜਿਹੜੇ ਫਲਿੱਪਕਾਰਟ 'ਤੇ ਜਿਹੜਾ ਅਵੇਲੇਬਲ ਆ, ਅਤੇ ਇਹ ਜਿਹੜੇ ਮੈਂ ਪਰਚੇਜ਼ ਕੀਤੇ ਆ, ਅਤੇ ਮੈਂ ਅਜੇ ਖੋਲ੍ਹ ਕੇ ਨਹੀਂ ਵੇਖੇ ਤੁਹਾਡੇ ਸਾਹਮਣੇ ਜਿਹੜਾ ਇਹਨਾਂ ਨੂੰ ਓਪਨ ਕਰਾਂਗੇ। ਅਤੇ ਮੈਂ ਲੋਕਲ ਮਾਰਕੀਟ ਤੋਂ ਵੀ ਇਹਨਾਂ ਨੂੰ ਜਿਹੜਾ ਉਹੀ ਦੇਖਿਆ ਸੀ, ਬਟ ਇਹਨਾਂ ਦੇ ਪ੍ਰਾਈਸ ਜਿਹੜੇ ਬਹੁਤ ਹਾਈ ਸੀ, ਅਤੇ ਫਲਿੱਪਕਾਰਟ ਤੋਂ ਜਿਹੜਾ ਉਹ ਅੱਛੇ ਰੇਟ 'ਤੇ ਜਿਹੜੇ ਉਹ ਡਿਸਕਾਊਂਟ 'ਤੇ ਜਿਹੜੇ ਉਹ ਮੈਨੂੰ ਮਿਲ ਗਏ। ਅਜੇ ਮੈਂ ਓਪਨ ਨਹੀਂ ਕੀਤੇ ਹੈਗੇ। ਜੇ ਤੁਹਾਨੂੰ ਅੱਛੇ ਲੱਗਣ ਤਾਂ ਤੁਸੀਂ ਜਿਹੜਾ ਪਰਚੇਜ਼ ਕਰ ਸਕਦੇ ਹੋ ਲਿੰਕ ਦੇ ਥਰੂ ਜਾ ਕੇ, ਅਤੇ ਤੁਹਾਨੂੰ ਜਿਹੜਾ ਉਹੀ ਰੇਟ 'ਤੇ ਜਿਹੜਾ ਉਹ ਮਿਲ ਜਾਣਗੇ। ਅਤੇ ਪਹਿਲਾ ਬੈਗ ਇਹ ਆ, ਇਹ ਵੀ ਫਲਿੱਪਕਾਰਟ ਤੋਂ, ਇਹ ਸੀ 399 ਦਾ। ਅਤੇ ਇਹਨੂੰ ਖੋਲ੍ਹਦੇ ਹਾਂ, ਇਹਦੀ ਪੈਕਿੰਗ ਥੋੜ੍ਹੀ ਇੱਦਾਂ ਦੀ ਹੈ, ਅਤੇ ਇੱਥੋਂ ਸੀਲ ਕੀਤਾ ਹੋਇਆ, ਬੰਦ ਕੀਤਾ ਹੋਇਆ, ਆਪਾਂ ਓਪਨ ਕਰਾਂਗੇ। ਇਹਦੇ ਨਾਲ ਦਾ ਜਿਹੜਾ ਉਹ ਮੇਰੇ ਕੋਲ ਪਹਿਲੇ ਵੀ ਹੈਗਾ, ਉਹ ਜਿਹੜਾ ਪਿੰਕ ਕਲਰ ਸੀ, ਇਹ ਜੇ ਪੀਚ ਕਲਰ ਓਪਨ ਕਰਦੇ ਹਾਂ। ਇਹ ਅੰਦਰੋਂ ਇੱਦਾਂ ਦਾ, ਅਤੇ ਇਹ ਬ੍ਰੱਸ਼ ਵਗੈਰਾ ਵਾਸਤੇ, ਜਿਹੜੇ ਮੇਕਅਪ ਵਗੈਰਾ ਬ੍ਰੱਸ਼ ਵਗੈਰਾ ਜਿਹੜੇ ਉਹ ਲਗਾਉਣ ਵਾਸਤੇ, ਅਤੇ ਕਾਫੀ ਸਪੇਸ ਹੈ ਇਹਦੇ ਅੰਦਰ। ਸਾਰਾ ਤੁਹਾਡਾ ਜਿਹੜਾ ਮੇਕਅਪ ਦਾ ਸਮਾਨ ਜਿਹੜਾ ਉਹ ਸਾਰਾ ਇਹਦੇ ਵਿੱਚ ਜਿਹੜਾ ਉਹ ਆ ਸਕਦਾ। ਅਤੇ ਇਹਦਾ ਜਿਹੜਾ ਮਟੀਰੀਅਲ ਬੜਾ ਸੋਫਟ ਆ, ਕੋਈ ਹਾਰਡ ਨਹੀਂ ਹੈ, ਇਹ ਸੋਫਟ ਮਟੀਰੀਅਲ ਆ, ਅੰਦਰ ਵੀ ਇਹਦਾ ਜਿਹੜਾ ਸੋਫਟ ਆ। ਅਤੇ ਇਹ ਚੇਨ ਜਿਹੜੀ ਲੱਗੀ ਹੋਈ ਆ, ਚੇਨ ਵੀ ਬੜੀ ਸੋਫਟ ਆ, ਸੋਫਟਲੀ ਬੰਦ ਹੋ ਜਾਂਦੀ। ਅਤੇ ਉੱਪਰ ਜਿਹੜਾ ਇਹਦਾ ਹੈਂਡਲ ਲੱਗਾ ਹੋਇਆ, ਕੋਰਸ ਇਸ ਤਰ੍ਹਾਂ ਦਾ, ਇਹਦਾ ਟੂ ਚੇਨ ਜਿਹੜੀਆਂ ਲੱਗੀਆਂ ਹੋਈਆਂ ਇਹਨੂੰ। ਇਹ 399 ਦਾ ਜਿਹੜਾ ਮੈਨੂੰ ਪਿਆ ਸੀ, ਅਤੇ ਜੇ ਤੁਹਾਨੂੰ ਅੱਛਾ ਲੱਗੇ ਤਾਂ ਤੁਸੀਂ ਜਿਹੜਾ ਉਹ ਪਰਚੇਜ ਕਰ ਸਕਦੇ ਹੋ। ਅਤੇ ਦੂਸਰਾ ਇਹ ਵੀ ਤੁਹਾਡੇ ਸਾਹਮਣੇ ਓਪਨ ਕਰਦੇ ਹਾਂ। ਇਹ ਬੈਗ ਸੀ, ਇਹਨੂੰ ਓਪਨ ਕਰਦੇ ਹਾਂ। ਇਹ ਮੈਨੂੰ ਓਪਨ ਕਰ ਲਿਆ, ਅਤੇ ਇਹਨੂੰ ਆਪਾਂ ਖੋਲ੍ਹਦੇ ਹਾਂ। ਇਹਦੇ ਉੱਪਰ ਜਿਹੜਾ ਉਹ ਹੈਂਡਲ ਲੱਗਾ ਹੋਇਆ, ਇਹ ਮੈਨੂੰ ਜਿਹੜਾ ਮਿਲਿਆ ਸੀ 615 ਦਾ। ਅਤੇ ਇਹਦੇ ਅੰਦਰ ਦੇਖਦੇ ਹੋ ਨਾ, ਇਹਦੇ ਅੰਦਰ ਤੁਹਾਨੂੰ ਇੱਕ ਹੋਰ ਮਿਲ ਜਾਏਗਾ। ਇਹ 615 ਵਿੱਚ ਜਿਹੜੇ ਦੋ ਮੈਨੂੰ ਮਿਲੇ, ਇਹ ਥੋੜ੍ਹਾ ਜਿਹਾ ਨੋਰਮਲ ਸਾਈਜ਼ ਆ, ਮਤਲਬ ਕਾਫੀ ਖੁੱਲ੍ਹਾ ਹੈ, ਫਿਰ ਵੀ ਤੁਹਾਨੂੰ ਦਿਖਾਉਂਦੇ ਅੰਦਰ ਮੈਂ। ਕਾਫੀ ਸਾਈਜ਼ ਇਹਦੇ ਵਿੱਚ, ਸਪੇਸ ਕਾਫੀ, ਇਹਦੇ ਵਿੱਚ ਵੀ ਆਰਾਮ ਨਾਲ ਤੁਹਾਡਾ ਮੇਕਅਪ ਜਿਹੜਾ ਉਹ ਆ ਸਕਦਾ। ਅਤੇ ਇੱਥੇ ਜਿਹੜਾ ਉਹ ਮਿਰਰ ਜਿਹੜਾ ਲੱਗਾ ਹੋਇਆ ਵਾ, ਇਹ ਨਿਊ ਵੈਡਿੰਗ ਜਿਹੜੀਆਂ ਉਹ ਪਰਚੇਜ਼ ਕਰ ਸਕਦੀਆਂ ਵਾ ਮੇਕਅਪ ਬੋਕਸ ਵਾਸਤੇ। ਇਹਦੇ ਵੀ ਹੈਂਡਲ ਜਿਹੜਾ ਉਹ ਲੱਗਾ ਹੋਇਆ ਫੜਨ ਵਾਲਾ। ਅਤੇ ਇਹ ਤੋਂ ਜਿਹੜਾ ਇੱਕ ਸਾਈਜ਼ ਜਿਹੜਾ ਉਹ ਵੱਡਾ ਹੈ, ਉਹ ਵੀ ਸੇਮ ਹੀ ਹੈ। ਇਹਦੇ ਵਿੱਚ ਬਹੁਤ ਜ਼ਿਆਦਾ ਸਪੇਸ ਆ, ਕਾਫੀ ਜ਼ਿਆਦਾ ਤੁਸੀਂ ਸਮਾਨ ਇਹਦੇ ਵਿੱਚ ਜਿਹੜਾ ਉਹ ਰੱਖ ਸਕਦੇ ਹੋ। ਅਤੇ ਇੱਧਰ ਜਿਹੜਾ ਮਿਰਰ ਲੱਗਾ ਹੋਇਆ ਇਹਦੇ, ਅਤੇ ਇਹਦੇ ਵੀ ਉੱਪਰ ਜਿਹੜਾ ਹੈਂਡਲ ਲੱਗਾ ਹੋਇਆ। ਇਹ ਜਿਹੜਾ ਮੈਂ ਲੋਕਲ ਮਾਰਕੀਟ ਤੋਂ ਜਿਹੜਾ ਉਹ ਪੁੱਛਿਆ ਸੀ, ਉਹ ਜਿਹੜਾ ਸੀ 12,000 ਦਾ ਸੀ। ਇਹ ਜਿਹੜਾ ਮੈਨੂੰ 615 ਵਿੱਚ ਜਿਹੜੇ ਦੋ ਮਿਲ ਗਏ, ਇਹਦੇ ਵਿੱਚ ਜਿਹੜੇ ਇਹ ਤਿੰਨ ਬੋਕਸ ਆ, ਇਹਨਾਂ ਵਿੱਚ ਜਿਹੜਾ ਤੁਸੀਂ ਆਰਾਮ ਨਾਲ ਆਪਣਾ ਮੇਕਅਪ ਦਾ ਸਮਾਨ ਜਿਹੜਾ ਉਹ ਰੱਖ ਸਕਦੇ ਹੋ। ਅਤੇ ਇਹਦੇ ਨਾਲ ਕੀ ਹੋਏਗਾ ਕਿ ਇਹ ਜੇ ਇਹਦੇ ਵਿੱਚ ਰੱਖਿਆ ਹੋਏਗਾ ਤਾਂ ਜਿਹੜਾ ਸਮਾਨ ਤੁਹਾਡਾ ਉਹ ਸੇਫ ਹੋਏਗਾ, ਅਤੇ ਖਰਾਬ ਨਹੀਂ ਹੋਏਗਾ, ਅਤੇ ਉਹਦੀ ਜਿਹੜਾ ਵਾ ਵੈਲਿਊ ਜਿਹੜੀ ਉਹਦੀ ਵੱਧ ਜਾਏਗੀ। ਇਹ ਤਾਂ ਤੁਹਾਨੂੰ ਹੋਲ ਜਿਹੜਾ ਅੱਛਾ ਲੱਗਾ ਹੋਇਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਕਮੈਂਟ ਕਰਕੇ ਦੱਸੋ ਕਿ ਬੋਕਸ ਤੁਹਾਨੂੰ ਕਿਸ ਤਰ੍ਹਾਂ ਲੱਗੇ। ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਪ੍ਰੈਸ ਕਰ ਦਿਓ। ਬਾਏ।